तकदीर बदल देने जट ने कहना हां बुरज ढलमा तो भैनी चूड़ चक तक शोभदीप सिंह सिद्धू सिद्धू मूसेवाला यादगिरी मार्ग दाद घाटन मानयोग सरदार बलकौर सिंह सिद्धू अते मानयोग सरदार जगदीप सिंह ढिल्लों सरपंच बुरज ढिल्लमा जी ने अपने घर कमलों नाल करिया समूह ग्राम पंचायत बुरज ढिल्लमा। सो शोभदीप सिंह सिद्धू है ना। हाँ जी सत श्री अकाल जी सारे नु की हाल चाल है ठीक ठाक हो। सो सिद्धू मूसेवाला तुसी देख रहे हो जन्मदिन मना रहा केक कट रहा है साढ़े बहुत ही सत्कार योग जगदीप सरपंच दे बर्थडे ते बुरज ढिल्लमा तो तकरीबन अज दे दिन ही बर्थडे सीगा ते अज असी केक कट के आए ते सानू कमी बहुत महसूस हुई बहुत ही मिस करिया कि यार पिछले साल असी कट्ठे सी सारे एंजॉय करिया ते अज बहुत मिस करिया। और सिद्धू मूसेवाले ने रोड भी बना दिता कब्जे वाले टक्का ते फिर खाऊरू पाउंदा जट बलिए ए है जी बुरज ढिल्लमा बुरज हरी उबा ਇਹ ਕਿਹੜੇ ਪਿੰਡ ਚ ਭੂਟੋ ਜੀ ਤੁਸੀਂ ਆਏ ਹੋ ਅੱਜ ਮਾਨਸਾ ਦਾ ਪਿੰਡ ਜੇ ਕਹੀਏ ਉੱਬਾ ਤੁਸੀਂ ਰੱਲਾ ਰੱਲਾ ਵੀ ਆਇਆ ਪਿਆ ਹਾਂ ਰੱਲਾ ਇੱਧਰ ਹੀ ਆ ਜਾਣਾ ਰੱਲਾ 4 ਕਿਲੋਮੀਟਰ ਲਿਖਿਆ ਹੋਇਆ ਨਾ ਬੋਰਡ ਤਾਂ ਟਿਆ ਹੋਇਆ ਸੀ ਥਾਂ ਚ ਗਲੀਆਂ ਚ ਇਹ ਪਿੰਡਾਂ ਚ ਹੀ ਮਾਹੌਲ ਮਿਲਦਾ ਨਹੀਂ ਤਾਂ ਸ਼ਹਿਰਾਂ ਚ ਤਾਂ ਮੋਬਾਈਲਾਂ ਚ ਹੀ ਬੜੇ ਰਹਿੰਦੇ ਆ ਲੋਕ ਤੇ ਇਹਦੇ ਵਿੱਚ ਵੀ ਇਹ ਗੱਲ ਹੈਗੀ ਆ। ਸੋ ਭੂਟੋ ਜੀ ਤੁਸੀਂ ਪਿੰਡ ਪਹਿਲੀ ਵਾਰੀ ਦੇਖੇ ਜਾਂ ਪਹਿਲਾਂ ਵੀ ਪਿੰਡ ਦੇਖੇ ਆ? ਹਾਂ ਉਦੋਂ ਆਪਾਂ ਸਾਰਿਆਂ ਪਿੰਡਾਂ ਚ ਜਦੋਂ ਇੱਧਰ ਤੇ ਹੋਰ ਆਪਾਂ ਜਵਾਰ ਵਾਲੇ ਗਏ ਕਿੰਨੇ ਪਿੰਡਾਂ ਦੇ ਵਿੱਚ ਗਏ ਆਪਾਂ ਵੋਟਾਂ ਮੌਕੇ ਆਕਲੀਆ ਹਨਾ ਆਪੇ ਆਪਾਂ ਉਧਰੋਂ ਆਏ ਸੀ ਵੋਟਾਂ ਤੇ ਇਧਰਲੇ ਪਿੰਡ ਕਿਸੇ ਕਹਿਣ ਗਏ ਸੀ ਆਪਾਂ प्योर च जट घोड़िया रखने का शौक अपने को आप लख अच्छा दुध इन भी चंगा हाँ पांच कल्याणी है नहीं पांच कल्याणी नहीं है पांच कल्याणी हां पांच कल्याणी तो यह कुदरती है जिवें हुण इहदा आ दोने पैर चिट्टे आ ते उह पैर चिट्टा हुंदा है ना फिर पांच कल्याणी ते मत्थे च पटा क्योंकि मैनू बहुत नॉलेज आ ते असीं हुणे मतलब जदों साडी सारी फैमिली बाहर चली गई उदों घोड़ियां छड्डियां नहीं असीं तां मैं तां अज जी जगदीप सरपंच दे जन्मदिन ते पहुंच गए सारे असीं ऐन क्या बात है कहिंदे जट दे खेत तक चढ़ के जांदी है वाह खेत वी जांदा जांदी है क्या बातां वी क्या बातां पूरा जेंगो कोठा बणाया सारा दिखाने अच तामयाम तो मेरे नाल मेरा छोटा वीर पाली नंबरदार सारे जानते ही हो तुसी सारी दुनिया जानती है पाली होनी खड़े आ जट नायन हिक्का तान के साडे वड्डे वीर का जन्मदिन है जगदीप मतलब अपने बहुत सिद्धू दे नाल क्लोज जे है सारी चोण इन्हें पूरे ऐ ढल्ले डाट के डाट के डाट के नाल खड़े सी भाई डाट के खड़े हां ਤਾਂ ਫਿਰ ਪਿਆਰ ਖਿੱਚ ਲਿਆ ਭਰਾ ਪਿਆਰ ਖਿੱਚ ਲਿਆਉਂਦਾ ਸਵਾ ਦੇਖ ਲਓ ਸਾਰੀਆਂ ਗੱਡੀਆਂ ਤਾਮ ਜਾਮ ਉਹ ਦੇਖੋ ਕਿੱਡਾ ਸਭ ਤੋਂ ਵੱਡੀ ਗੱਲ ਹੈ ਵੀ ਖੇਤ ਤੱਕ ਸੜਕ ਬਣਾਈ ਬੈਠਾ ਜੱਟ ਤੁਸੀਂ ਲੈਣੀ ਬਈ ਬਰਫ ਲੈ ਜਾ ਅੱਛਾ ਅੱਛਾ ਨਾ ਕੋਈ ਨਹੀਂ ਵਧੀਆ ਸੋ ਜਗਦੀਪ ਸਰਪੰਚ ਦਾ ਅੱਜ ਹੈਗਾ ਜਨਮ ਦਿਨ ਤੇ ਮੋਟਰ ਤੇ ਲੱਗੀਆਂ ਰੌਣਕਾਂ ਇੱਧਰ ਦੇਖ ਸਕਦੇ ਹੋ ਉਹ ਤੱਕ ਗੱਡੀਆਂ ਹੀ ਗੱਡੀਆਂ ਉਸੇ ਦੀ ਘਾਟ ਰੜਕਦੀ ਹੈ ਹਾਂ ਸਿੱਧੂ ਦੀ ਘਾਟ ਰੜਕਦੀ ਹੈ
ताड़ी मार दो खुल के सारे बहुत बहुत मुबारक रौनक लगी खेत हां ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਨੰਬਰਦਾਰ ਸਾਹਿਬ ਪੱਟੂ ਸਾਹਿਬ ਤੇ ਆਪਣੇ ਕਰ ਕਮਲਾਂ ਨਾਲ ਉਹ ਵੀ ਕੱਟਣ ਆ ਜਾਓ ਸਾਡੇ ਭਰਾ ਆ ਜਾਓ ਆ ਜਾਓ ਬਈ ਮੇਰੇ ਆ ਜਾ ਆ ਜਾ ਇੱਧਰ ਆ ਜਾਓ ਆ ਜਾਓ ਆ ਜਾਓ ਆ ਜਾਓ ਸਤਨਾਮ ਦੁਆਰੇ ਹਿੱਤ ਥੋੜਾ ਹਾਂ ਆ ਜਾਓ ਆ ਜਾਓ ਆ ਜਾਓ ਆ ਜਾਓ ਓਏ ਹਾਂ ਸਾਡੇ आई नहीं सही नहीं आई दोबारा आ गया चलो अपना कड़ा खर्चा आ जाओ रौनक लगे जी पूरी है मेरा छोटा वीर है ना राजू ਤੂੰ ਰਾਜੂ ਮਾਨਸਾ ਲਿਖਦਾ ਤੂੰ ਹਨਾ ਰਾਜੂ ਮਾਨਸਾ ਮਾਨਸਾ ਪਿੰਡ ਕਿਹੜਾ ਤੇਰਾ ਦਾਦੀ ਪਿੰਡ ਮੇਰਾ ਬੁਰਜ ਢਿੱਲਮਾ ਤੋਂ ਬੁਰਜ ਢਿੱਲਮਾ ਤੋਂ ਤੇ ਸਾਡੇ ਜਗਦੀਪ ਸਰਪੰਚ ਬਾਈ ਦਾ ਪਿੰਡ ਤੋਂ ਹਾਂ ਗਏ ਨੂੰ ਤਾਂ ਸਾਨੂੰ ਘੱਟੋ ਘੱਟ 5 ਸਾਲ ਹੋ ਗਏ ਸੀ ਅੱਛਾ ਵੋਟ ਸਾਰਾ ਕੁਝ ਇੱਥੇ ਪ੍ਰੂਫ ਹੈ ਅੱਛਾ ਮਾਨਸਾ ਰਹਿੰਦੇ ਹੋ ਹਾਂ ਰਹਿੰਦੇ ਮਾਨਸਾ ਉੱਥੇ ਜੌਬ ਕਰਦਾ ਕੋਈ ਨਹੀਂ ਜੌਬ ਨਹੀਂ ਬਈ ਮੈਂ ਤਾਂ ਪੜਦਾ ਹਾਂ ਤੇ ਉਹਦਾ ਕੋਈ ਮਤਲਬ ਮੇਰੀ ਨਾਨੀ ਕਰਕੇ ਗਈ ਸੀ ਉੱਥੇ ਅੱਛਾ ਨਾਨੀ ਕਰਕੇ ਉਹ ਕੱਲੀ ਸੀ ਓਕੇ ਓਕੇ ਬਾਕੀ ਹਜੇ ਵੀ ਮਤਲਬ 5-6 ਸਾਲ ਹੋ ਗਏ ਪ੍ਰੂਫ ਸਾਰੇ ਇੱਥੇ ਹੀ ਹੈ ਨਹੀਂ ਕਟਾਉਣੇ ਨਹੀਂ ਵਧੀਆ ਗੱਲ ਪਿੰਡ ਨਾ ਵਿੱਚ ਨਹੀਂ ਕੱਟਣ ਦਿੰਦਾ ਹਾਂ ਨਾ ਸਰਪੰਚ ਕੱਟਣ ਦੇ ਹਾਂ ਇਹ ਆਪਣਾ ਕਲਾਸ ਅੱਛਾ ਅੱਛਾ ਮੈਂ ਇਹਨੇ ਬਈ ਮੈਂ ਜਦੋਂ ਟਿਕਟੌਕ ਜੀ ਨਹੀਂ ਚੱਲਦੀ ਹੁੰਦੀ ਸੀ ਨਾ ਹਾਂ ਹਾਂ ਉਹਦਾ ਸਪੋਰਟ ਕੀਤੀ ਸੀ ਬਸ ਇਹਦੇ ਬਾਅਦ ਦੇ ਉੱਤੇ ਦਿਲ ਨਾ ਦੇਣ ਮਿਲ ਕੇ ਮੁੜ ਕੇ ਅੱਜ ਤੱਕ 4 ਸਾਲ ਹੋ ਗਏ ਬਾਕੀ ਅਸੀਂ ਕਲਾਸ ਫੈਲੋ ਹੈ ਮੇਰਾ ਬ੍ਰਾਦਰ ਵੱਡਾ ਅੱਛਾ 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 ਨਹੀਂ ਚਲੋ ਵਧੀਆ ਗੱਲ ਹੈ ਕਲਾਸ ਫੈਲੋ ਅਸੀਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਕੀਤੀ ਹੈ ਬਾਕੀ ਵੀ ਚਰਵਾ 7ਵੀਂ 8ਵੀਂ ਤਾਂ ਦੇਖਦੇ ਸੀ ਅੱਜ ਮੈਂ ਰੀਅਲਟੀ ਦੇਖਿਆ ਅਸੀਂ ਵੀ ਫੈਮਿਲੀ ਦੇਖਦੇ ਹੁੰਦੇ ਸੀ ਤੇਰੀ ਕਿਉਂ ਜੀ ਅੱਛਾ ਹਾਂ ਬੜਾ ਤਗੜਾ ਰੋਲ ਸੀ ਹਾਂ ਫੈਮਿਲੀ ਬਹੁਤ ਜੱਤ ਦੇ ਹਾਂ ਕਰਕ ਤਾਂ ਇਹ ਹੁੰਦੇ ਸੀ ਅਸੀਂ ਚੋਰ ਕਿਉਂ ਜਾਦਾ ਹਾਂ ਅਸੀਂ ਅਗੇ ਪਾਣੇ ਪਕੌੜੇ ਹੀ ਦੇਖਾਂਗੇ ਹਾਂ ਠੀਕ ਹੈ ਅੱਜ ਆਪਾਂ ਰੀਅਲ ਮਿਲ ਗਏ ਜੀ ਸਹੀ ਗੱਲ ਹੈ ਸਹੀ ਗੱਲ ਹੈ ਦੇਖ ਲਓ ਮਿਲੇ ਵੀ ਆਪਾਂ ਸਰਪੰਚ ਸਾਹਿਬ ਦੀ ਮੋਟਰ ਤੇ ਨਹੀਂ ਤਾਂ ਸਾਡੇ ਵੱਡੇ ਸਤਾ ਗਿਆ ਨਹੀਂ ਨਹੀਂ ਬਿਲਕੁਲ 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 ਬਈ ਨਹੀਂ ਕੋਈ ਗੱਲ ਨਹੀਂ ਸਾਰੇ ਲੱਗੇ ਰਹੋ ਮਿਹਨਤਾਂ ਕਰਦੇ ਰਹੋ ਬਾਕੀ ਸੋ ਨੂੰ ਦੇਖ ਦੇਖ ਕੇ ਅਸੀਂ ਵੀ ਮੜਾ ਨਾ ਨਾ ਵਧੀਆ ਕਰੋ ਬਈ ਕਰੋ ਮਿਹਨਤਾਂ ਕਰੋ ਹਨਾ ਦੇਖੋ ਸਟਰਗਲ ਹੈ ਹਨਾ ਤੇ ਹੌਲੀ 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 ਬੰਦਾ ਅੱਛਾ ਇੱਕ ਗੱਲ ਹੋਰ ਹੈ ਜਿਹੜਾ ਬੰਦਾ ਹੌਲੀ ਹੌਲੀ ਜਾਂਦਾ ਨਾ ਉਹ ਕਤੇ ਕਿਉਂਕਿ ਹਰ ਇੱਕ ਉਹਨੂੰ ਖੱਡਿਆਂ ਦਾ ਪਤਾ ਜਿਹੜੇ ਰੋਡ ਤੋਂ ਦੀ ਲੰਘ ਕੇ ਜਾਂਦਾ ਜਿਹੜਾ ਬੰਦਾ ਮਿਹਨਤ ਕਰਕੇ ਜਾਂਦਾ ਕਦੇ ਡੋਲਦਾ ਨਹੀਂ ਉਹ ਅਸੀਂ ਪਾਰ ਵਾਲੇ ਹੈਪੀ ਬਰਥਡੇ ਤੇ ਤੁਹਾਨੂੰ ਮਿਲਣਾ ਜ਼ਰੂਰ ਸੀ ਉਹਦੇ ਮੂਸੇ ਵਾਲਾ ਵੀ ਲੰਘਿਆ ਸੀਗਾ ਅੱਛਾ ਅਸੀਂ ਗੱਡੀ ਆਏ ਮੋੜ ਲਈ ਉਹਨੇ 5 ਮਿੰਟ ਪਹਿਲਾਂ ਬਸ ਜਦੋਂ ਮਿਲ ਬਸ ਮੇਲ ਹੀ ਨਹੀਂ ਹੋਇਆ ਬਸ ਅੱਜ ਮਿਲ ਗਈ ਹਾਂ ਅੱਜ ਮਿਲ ਗਏ ਕਿਹਨੇ ਜਵਾਬ ਬਣ ਗਿਆ ਹਾਂ ਸਾਡਾ ਭਰਾ ਜਗਦੀਪ ਭਰਾ ਉਹਦੇ ਥੋੜਾ ਲੇਟ ਮਿਹਨਤ ਹਾਂ ਬਸ ਸਹੀ ਗੱਲ ਚੱਲੇ ਲਾਟੀ ਹੋਰ ਕੀ ਗੱਲ ਹੋ ਗਈ ਚੱਲ ਗਈ ਟਾਈਮ ਬਹੁਤ ਅੱਛਾ ਚੱਲ ਠੀਕ ਹੈ ਕਮਾਈ ਕਮਾਈ ਕਰਾਂ ਘੁਮਾਤੀ ਵੀ ਘੁਮਾਤੀ ਘੁਮਾਤੀ ਮੂਹਰੇ ਵਾਰ ਫੋਕਰਾ 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 ਇਹ ਤੇ ਕਹਿਦਾ ਅੱਜ ਡਵਾਈਡੋ ਫੋਕਰ ਪੁਣਾ ਘੰਟਾ ਘੰਟਾ ਪੰਪ ਦਿੰਦੇ ਹੁੰਦੇ ਆ ਵੀ ਅਗਲਾ ਵੀ ਆਪਦੀ ਗੱਡੀ ਤੜਾਵੇ ਪੰਪ ਦੇ ਰਹੇ ਹਾਂ ਅਸੀਂ ਮਤਲਬ ਪੰਪ ਦੇ ਰਹੇ ਹਾਂ ਵੀ ਬੱਲੇ ਸਰਦਾਰਾ ਬੱਲੇ ਜੱਟੋ ਉਹ ਜੱਟੋ ਤੁਹਾਡੀ ਰੀਸ ਕੌਣ ਕਰ ਲੂ ਜੱਟੋ ਤੁਹਾਡੀ ਰੀਸ ਕੌਣ ਕਰ ਲੂ ਤੁਹਾਡੀ ਰੀਸ ਕੌਣ ਕਰ ਲੂ ਫੋਕ ਰਿਹਾ ਮੇਰੇ ਸਿਆਣੇ ਰਿਆਮ ਨਾ ਚਲਾ ਲੈ ਵੀ ਹੁਣ ਟੱਟੀ ਆ ਗਈ ਆ ਜਾਓ ਸੋ ਅੱਜ ਜਗਦੀਪ ਸਰਪੰਚ ਦੇ ਬਰਥਡੇ ਤੇ ਵਧੀਆ ਇੰਜੋਏ ਕਰਿਆ ਤੇ ਹਾਂਜੀ ਸੜਕ ਦਾ ਨਾ ਵਲੌਗ ਬਣਾਈ ਜਾ ਹਾਂ ਹਾਂ ਬਣਾ ਰਹੇ ਆ ਮੂਸੇ ਵਾਲੇ ਦੀ ਬਣਾਈ ਵੀ ਆ ਸੜਕ ਇਹ ਸੋ ਜਗਦੀਪ ਸਰਪੰਚ ਦੇ ਖੇਤ ਤੱਕ ਸਿੱਧੂ ਮੂਸੇ ਵਾਲੇ ਨੇ ਸੜਕ ਬਣਾਤੀ ਕਹਿੰਦੇ ਬਾਬਿਓ ਖੇਤ ਤੱਕ ਤੇ ਇਹ ਕੋਈ ਝੂਠ ਨਹੀਂ
ਜਿਹੜਾ ਕੋਈ ਸ਼ੱਕ ਕੱਢਣੀ ਹੋਵੇ ਜਿਹੜਾ ਮਰਜ਼ੀ ਕੋਈ ਕਹੋ ਵੀ ਕਹਿੰਦੀ ਮੈਂ ਗੱਪ ਮਾਰ ਰਹੇ ਹਾਂ ਵੀ ਜਾਂ ਅਸੀਂ ਹਾਂ ਆ ਕੇ ਦੇਖ ਲਿਓ ਪਿੰਡ ਬੁਰਜ ਢਿੱਲਵਾਂ ਜਗਦੀਪ ਸਰਪੰਚ ਦੇ ਖੇਤ ਜਦੋਂ ਮਰਜ਼ੀ ਆ ਜਾਓ ਜੱਟ ਦੇ ਰੇ ਖੇਤ ਤੱਕ ਰੋਡ ਆਉਂਦਾ ਪਰ ਦੂਜੀ ਗੱਲ ਇਹ ਆ ਵੀ ਇਹ ਬਣਾਈ ਆ ਨੀਂਹ ਪੱਤਰ ਹਾਂ ਨੀਂਹ ਪੱਤਰ ਵੀ ਦਿਖਾ ਕੇ ਜਾਵਾਂਗੇ ਠੀਕ ਹੈ ਨਾ ਤੇ ਜੇ ਕਦੇ ਮੂਸੇ ਵਾਲਾ ਜਿੱਤ ਜਾਂਦਾ ਤੁਸੀਂ ਮਾਨਸ ਵਾਲੇ ਉਹ ਜਿਤਾ ਦਿੰਦੇ ਤੇ ਸਾਡੇ ਅੱਜ ਉਹਨੇ ਵਿੱਚ ਹੋਣਾ ਸੀ ਓਏ ਸਾਡੇ ਵਿੱਚ ਹੋਣਾ ਸੀ ਘਾਟ ਰੜਕਦੀ ਆ ਵਾਲੀ ਘਾਟ ਰੜਕਦੀ ਜਦੋਂ ਯਾਦ ਕਿਤੇ ਆਉਂਦਾ ਨਾ ਸੱਚੀ ਸਾਰੇ ਜਾਣਦੇ ਹੋ ਨੰਬਰਦਾਰ ਆ ਸਾਡੇ ਮੂਸੇ ਤੋਂ ਸਤਿਕਾਰਯੋਗ ਤੇ ਇੱਧਰ ਬਹੁਤ ਮਤਲਬ ਮਹਿਸੂਸ ਹੁੰਦੀ ਆ ਕਿਉਂਕਿ ਪਿਛਲੇ ਜਨਮ ਦੇ ਮੌਕੇ ਇਕੱਠੇ ਸੜਕ ਦਿਖਾਵਾ ਜੀ ਹਾਂ ਤੇ ਆ ਸੜਕ ਖੇਤ ਤੱਕ ਬਣਾਤੀ ਜੱਟ ਨੇ ਦੇਖੋ ਹਨਾ ਖੇਤ ਤੱਕ ਬਣਾ ਚੱਲ ਪਏ ਆ ਗਏ ਆ ਗਏ ਤੋ ਬਾਬੇ ਉਹ ਇਹ ਨਹੀਂ ਗੱਲ ਵੀ ਅਸੀਂ ਕੋਈ ਝੂਠ ਬੋਲ ਰਹੇ ਸੀ ਰੋਡ ਦਾ ਵੀ ਐਂ ਕਰਕੇ 4 ਕਿਲੋਮੀਟਰ ਦੀ ਸੜਕ ਬਣਾਤੀ ਹਲੇ ਐਮ ਐਲ ਏ ਨਹੀਂ ਸੀ ਬਣਿਆ ਜੱਟ ਜੇ ਕਦੇ ਤੁਸੀਂ ਮਾਨਸਾ ਵਾਲੇ ਉਹ ਐਮ ਐਲ ਏ ਬਣਾ ਜਾਂਦੇ ਨਾ ਤੇ ਅੱਜ ਸਾਡੇ ਵਿੱਚ ਵੀ ਹੁੰਦਾ ਤੇ ਬਾਬੇ ਉਹ ਮਾਨਸਾ ਦੀ ਨਹੀਂ ਸਾਡੇ ਪੰਜਾਬ ਦੀ ਨਹੀਂ ਸਾਡੇ ਇੰਡੀਆ ਦੀ ਤਕਦੀਰ ਬਦਲ ਦੇਣੀ ਸੀ ਜੱਟ ਨੇ ਕਹਿੰਦਾ ਹਾਂ ਬੁਰਜ ਢਿੱਲਵਾਂ ਤੋਂ ਭੈਣੀ ਚੂੜ ਚੱਕ ਤੱਕ ਸ਼ੋਭਦੀਪ ਸਿੰਘ ਸਿੱਧੂ ਸਿੱਧੂ ਮੂਸੇ ਵਾਲਾ ਯਾਦਗਿਰੀ ਮਾਰਗ ਦਾ ਉਦਘਾਟਨ ਮਾਨਯੋਗ ਸਰਦਾਰ ਬਲਕੌਰ ਸਿੰਘ ਸਿੱਧੂ ਅਤੇ ਮਾਨਯੋਗ ਸਰਦਾਰ ਜਗਦੀਪ ਸਿੰਘ ਢਿੱਲੋਂ ਸਰਪੰਚ ਬੁਰਜ ਢਿੱਲਵਾਂ ਜੀ ਨੇ ਆਪਣੇ ਘਰ ਕਮਲਾਂ ਨਾਲ ਕਰਿਆ ਸਮੂਹ ਗ੍ਰਾਮ ਪੰਚਾਇਤ ਬੁਰਜ ਢਿੱਲਵਾਂ ਸੋ ਸ਼ੋਭਦੀਪ ਸਿੰਘ ਸਿੱਧੂ ਹਨਾ ਜੇ ਕਿਤੇ ਅਸੀਂ ਉਹਨੂੰ ਬਣਾ ਦਿੰਦੇ ਸਾਡਾ ਐਮ ਐਲ ਏ ਬਣਾ ਦਿੰਦੇ ਤੇ ਅੱਜ ਵਿੱਚ ਆਉਣਾ ਸੀ ਸਾਡੇ ਹਨਾ ਬਹੁਤ ਮਨਪ੍ਰੀਤ ਕਹਿੰਦੇ ਬਾਬੇ ਜੀ ਨੇ ਜੀਪ ਦੀਆਂ ਮਰਾਈਆਂ ਸੀ ਚੀਕਾਂ ਕਹਿੰਦੇ ਹਰ ਵਰਲਡ ਚ ਮਸ਼ਹੂਰ ਹੈ ਬਾਬੇ ਉਹ ਬੰਦਾ ਸਾਡਾ ਮੈਂ ਉਹਦਾ ਪਿਓ ਹੈ ਇਹਦਾ ਬਾਪੂ ਹੈ ਠੀਕ ਹੈ ਨਾ ਆ ਜਾਓ ਤੇ ਘਰੇ ਆ ਜਾਓ ਪਿਆਰ ਆ ਇਹ ਰਗੜੂ ਮੇਰਾ ਸਾਲਾ ਇਹ ਰਗੜੂ ਘੁਮਾਤੀ ਐ ਨੀ ਘੁਮਾ ਸਕਦਾ ਕੋਈ ਆ ਵੇਖੀ ਇਹ ਸਟੰਟ ਕਰ ਜਗਦੀਪ ਸਰਪੰਚ ਦੇ ਬਰਥਡੇ ਤੇ ਆਏ ਸੀ ਬੁੱਢੋ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪਰਿਵਾਰ ਸੀ ਔਰ ਸਾਰਾ ਪਰਿਵਾਰ ਹੀ ਬਹੁਤ ਮਿਲਣਸਾਰ ਆ ਤੇ ਮਤਲਬ ਜਗਦੀਪ ਹੋਣੀ ਤਿੰਨੇ ਭਰਾ ਓਹਦੇ ਨਾਲ ਖੜਦੇ ਸੀ ਸੋ ਆਪਾਂ ਵੀਡੀਓ ਪਾਉਣੇ ਆ ਦੇਖਿਓ ਜਰੂਰ ਲਵ ਯੂ ਆ ਸਾਰਿਆਂ ਨੂੰ ਤੈਨੂੰ ਯਾਦ ਆ ਫੋਟੋ ਪਿਛਲੀ ਵਾਰੀ ਜਦੋਂ ਇਲੈਕਸ਼ਨ ਚੱਲਦੇ ਸੀ ਤੇ ਇਲੈਕਸ਼ਨਾਂ ਤੇ ਆਪਾਂ ਜਦੋਂ ਆਏ ਸੀ ਤੇ ਇੱਥੇ ਗੱਡੀਆਂ ਖੜਾਈਆਂ ਸੀ ਸਿੱਧੂ ਮੂਸੇ ਵਾਲਾ ਘੰਟਾ ਬਾਅਦ ਚ ਆਇਆ ਸੀ ਤੁਸੀਂ ਮੈਨੂੰ ਬਾਜੀਆਂ ਮਾਰੀਆਂ ਸੀ ਨਾ ਫੂਟੋ ਆ ਜਾ ਫੂਟਿਆ ਬੇਬੇ ਕਹਿੰਦੀ ਮੇਰਾ ਨਾਮ ਲਿਆ ਸੀ ਗੁਰਦੇਵ ਕੌਰ ਆ ਇਹਦੇ ਚ ਸੀ ਨਾ ਇੱਥੇ ਇੱਥੇ ਸੀਗੇ ਚੱਲਿਆ ਗਿਆ ਸੀਗਾ ਸਾਡੇ ਕੋਲੋਂ ਤੇ ਕੋਈ ਮਤਲਬ ਕੀ ਕਹੀਏ ਯਾਰ ਹਨਾ ਸੋ ਇੱਧਰ ਬੁਰਜ ਝੱਬਰ ਫਰੀਦਕੋਟ ਆਕਲੀਆ ਆਪਾਂ ਹੁਣ ਆਕਲੀਏ ਨੂੰ ਜਾਣਾ ਹੈਂ ਆਕਲੀਏ ਨੂੰ ਗੱਡੀ ਆਈ ਸ਼ੈਕ ਤਾਂ ਟੋਂ 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 ਮਲਵਰ ਲੋਡ ਹਾਂ ਕਿੱਥੇ ਹਰ ਮਲਵਰ ਹਾਂ ਲੋਡ ਹੈ ਇਹ ਰੋਡ ਖਰਾਬ ਆ ਡ
ਡੱਬ 45 ਇੱਕ ਤੱਕ ਭਰਿਆ ਆ ਦਿਨ ਹਸਤਾ ਜਾਂਦਾ ਹੋਊ ਹਨਾ 12 ਵਜੇ ਅੱਜ ਦੇ ਦਿਨ ਹਨਾ ਸੋ ਅੱਜ ਬੁਰਜ ਢਿੱਲਮਾ ਸਾਡੇ ਬਹੁਤ ਹੀ ਸਤਿਕਾਰਯੋਗ ਜਗਦੀਪ ਸਰਪੰਚ ਸਾਹਿਬ ਬਹੁਤ ਹੀ ਵਧੀਆ ਪਰਿਵਾਰ ਆ ਸਾਰਾ ਮਿਲਣਸਾਰ ਇਹ ਲੱਗਦਾ ਹੀ ਨਹੀਂ ਵੀ ਕਿਸੇ ਬੇਗਾਨੇ ਘਰੇ ਬੈਠੇ ਹਾਂ ਲੱਗਦਾ ਆਪਦੇ ਘਰੇ ਬੈਠੇ ਹਾਂ ਸਾਡੇ ਮਾਤਾ ਹੋਣੀ ਬਾਪੂ ਜਗਦੀਪ ਤਿੰਨੇ ਭਰਾ ਹੀ ਅਤੇ ਲਵ ਯੂ ਆ ਅਤੇ ਸਾਰਾ ਤੁਹਾਨੂੰ ਦਿਖਾ ਤਾ ਵੀਡੀਓ ਵਿੱਚ ਅਸੀਂ ਜਨਮਦਿਨ ਮਨਾਇਆ ਜੇ ਬਹੁਤ ਸਾਰਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ ਲਵ ਯੂ ਜਿਉਂਦੇ ਵੱਸਦੇ ਰਹੋ